ਪਾਲੇ ਉਹ ਪਾਲੇ ਓ ਯਾਰ ਕੌਣ ਆ ਤੂੰ ਇਸ ਵੇਲੇ ਓ ਯਾਰ ਮੈਂ ਪਿੰਦਾ ਮੈਂ ਵੀ ਫਿਲਮ ਵੇਖਣੀ ਆ ਹੋਰ ਕੌਣ ਆ ਤੇਰੇ ਨਾਲ ਓ ਯਾਰ ਮੈਂ ਇਕੱਲਾ ਹੀ ਹੈਗਾ ਵਾਂ ਓ ਯਾਰ ਸਾਡੇ ਤਾਂ ਪਹਿਲਾਂ ਨਹੀਂ ਪੈਸੇ ਪੂਰੇ ਹੋਏ ਪੈਸੇ ਹੈਗੇ ਤੇਰੇ ਕੋਲ ਯਾਰ ਮੇਰੇ ਕੋਲ ਪੈਸੇ ਤੇ ਹੈਗੇ 10 ਰੁਪਏ ਪਰ ਮੈਂ ਘਰੋਂ ਚਾਹ ਪੱਤੀ ਲੈਣ ਨਿਕਲਿਆ ਚੱਲ ਫਿਰ ਇੱਦਾਂ ਕਰ 5 ਰੁਪਏ ਦੇ ਦੇ ਆ ਜਾ ਅੰਦਰ ਚੱਲ ਠੀਕ ਹੈ ਚੱਲ ਆ ਜਾ ਹੁਣ ਆਪ ਪਿੰਦੇ ਬਹਿ ਜਾ ਭਾਜੀ ਭਰ ਲਓ ਨਹੀਂ ਯਾਰ ਭਾਜੀ ਮੈਨੂੰ ਵੀ ਅੰਦਰ ਭਰ ਲਓ ਨਹੀਂ ਯਾਰ ਤੂੰ ਐਕਸ਼ਨ ਪਲੇ ਕਰਦਾ ਨਹੀਂ 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 ਭਾਜੀ ਮੈਂ ਰੌਲਾ ਨਹੀਂ ਪਾਊਂਗਾ ਮੈਂ ਐਕਸ਼ਨ ਵੀ ਨਹੀਂ ਕਰੂੰਗਾ ਅਗਰ ਮੈਂ ਭਾਜੀ ਮੈਂ ਐਕਸ਼ਨ ਕਰੂੰਗਾ ਤਾਂ ਮੈਨੂੰ ਸਿੱਤਰ ਮਾਰ ਕੇ ਬਾਹਰ ਪਹੁੰਚਾ ਦੇਣਾ ਭਰ ਲਓ ਮੈਨੂੰ ਮੈਂ ਭਾਜੀ ਇੱਕੋ ਸੀਨ ਦੇਖਣਾ ਰਾਜੇਸ਼ ਖੰਨਾ ਵਾਲਾ ਫਿਲਮ ਕਾ ਮੈਂ ਉਸਕੇ ਬਾਅਦ ਫਿਲਮ ਨਹੀਂ ਦੇਖਣੀ ਮੈਂ ਆ ਜਾਊਂਗਾ ਬਾਹਰ ਆ ਜਾਊਂ ਭਾਜੀ ਚੱਲ ਆਇਆ ਫਿਰ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਠੀਕ ਹੈ ਭਾਜੀ ਉਹ ਪਾਲੇ ਉਹ ਮੈਨੂੰ ਵੀ ਵਾਰ ਲਾ ਯਾਰ ਅੰਦਰ ਉਹ ਮੈਂ ਹੀ ਵੇਖਣਾ ਯਾਰ ਵੀ ਸੀ ਯਾਰ ਨਹੀਂ ਰੌਲਾ ਪਾਉਂਦੇ ਉਹ ਪਾਲੇ ਵਾੜ ਲਾ ਯਾਰ ਚੰਗਾ ਪੁੱਤ ਨਹੀਂ ਵਾੜਨਾ ਖਿੱਚਦੇ ਨੇ ਫਿਰ ਤਾਰਾਂ ਉਹ ਜੱਟ ਚੜਦੇ ਮਿਰਜੇ ਖਾਣ ਨੂੰ ਵੱਡੀ ਭਾਬੀ ਲੈਂਦੀ ਥੰਮ ਵੇ ਮੈਂ ਕਦੇ ਨਾ ਦਿਓਰ ਵਿਗਾਰਿਆ ਜੱਟਾ ਓਏ ਆ ਜਾ ਹੁਣ ਯਾਰ ਤੂੰ ਤਾਂ ਜਨਾਨੀਆਂ ਵਾਂਗੂ 16 ਸ਼ਿੰਗਾਰ ਕਰਨ ਲੱਗ ਜਾਣਾ ਉੱਥੇ ਬੱਸ ਲੰਘ ਜੂਗੀ ਸਵਾਰੀਆਂ ਕੋਈ ਹੋਰ ਚੜਾ ਕੇ ਲੈ ਜੂਗਾ ਉਹ ਪਾਜੀ ਅੰਦਰ ਪਸੂਰੀ ਹੋ ਗਈ ਕੀ ਪਸੂਰੀ ਹੋ ਗਈ ਉਹ ਪਾਜੀ ਦਲਬੀਰੋ ਪਾਬੀ ਓਏ ਉਹਨੂੰ ਕੀ ਹੋ ਗਿਆ ਚੱਲ ਆਪਾਂ ਅੰਦਰ ਚੱਲ ਕੇ ਵੇਖਦੇ ਹਾਂ ਚੱਲ ਉਹ ਪਾਜੀ ਦੇਖੋ ਦੇਖੋ ਕੀ ਗੱਲ ਹੋ ਗਈ ਚੱਲ ਆਪਾਂ ਆਪ ਚੱਲ ਕੇ ਵੇਖਦੇ ਹਾਂ ਯਾਰ ਲੱਗਦਾ ਪਾਬੀ ਨੂੰ ਕੁਛ ਹੋ ਗਿਆ ਯਾਰ ਹਾਂ ਹਾਂ ਚੱਲ ਆਪਾਂ ਦੇਖੀਏ ਜਾ ਕੇ ਚਲੋ ਚਲੋ ਦੇਖੋ ਦੇਖੋ ਭਾਬੀ 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 ਤੂੰ ਤੇ ਠੀਕ ਹੈ ਤੇ ਮਰ ਜੇ ਮੈਨੂੰ ਕੀ ਹੋਣਾ ਵੇ ਉਹ ਬੱਤੀ ਦਾ ਸਿਆਪਾ ਹੋਇਆ ਈ ਭਾਬੀ ਤੂੰ ਬੱਤੀ ਤੇ ਚੱਲਦੀ ਆ ਵੇ ਮੈਂ ਨਹੀਂ ਆ ਤੇਰਾ ਪਿਓ ਬੱਤੀ ਤੇ ਚੱਲਦਾ ਈ ਟੈਲੀਵਿਜ਼ਨ ਉਹ ਭਾਬੀ ਜੀ ਉਹ ਬੱਤੀ ਆ ਗਈ ਬੱਤੀ ਆ ਗਈ ਪਾਜੀ ਬੱਤੀ ਆ ਗਈ ਆ ਗਈ ਆ ਗਈ ਆ ਗਈ ਭਾਬੀ ਗਾੜੀ ਹੋ ਥੋੜੀ ਲੈ ਹੁਣ ਬੱਤੀ ਆਈ ਤੇ ਫੋਟੋ ਦਾ ਸਿਆਪਾ ਹੋ ਗਿਆ ਈ ਲੈ ਭਾਬੀ ਆ ਕਿਹੜੀ ਗੱਲ ਕਰਤੀ ਉਹ ਵੀ ਰਿਆ ਹਾਂ ਚੱਲ ਐਂਟੀਨਾ ਸੈੱਟ ਕਰ ਉਹ ਜਾਗਾ ਕਰ ਐਂਟੀਨਾ ਠੀਕ ਆਪ ਜਿਵੇਂ ਗਾ ਵੱਡਾ ਲਾਟ ਸਾਹਿਬ ਲੱਗਿਆ ਹੁੰਦਾ ਐਂਟੀਨਾ ਠੀਕ ਕਰ ਵੇ ਵੀ ਰਿਆ ਆ ਕੀ ਬੜਬੜ ਕਰੀ ਜੰਨਾ ਜਾ ਕਰ ਹਾਂ ਠੀਕ ਜਾ ਕੇ ਦੇਖੀਆ ਆ ਕਰ ਲਿਆ ਆ ਦੇਖ ਹੋਰ ਕਮਾ ਆ ਵੇਖੀ ਹੁਣ ਆ ਗਈ ਆ ਗਈ ਆ ਜਾ ਮੇਰਾ ਵੀਰ
आजा आजा मेरा सोना जा दियोर ते रिश्ता कराऊंगी मैं आजा 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 शाबाश पति मेरा भी रिश्ता करा दे तो तेरा भी रिश्ता करा दूंगी पहला मेरे माइंड च राम दा ब्याह देख ला निराणो नी आजा अज फिर बस लंघ जानी आ पजो 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 जल्दी जल्दी बस ले वेख ले अड़िए अज फिर नहीं बस रुकी लगता अज फिर बिल्लू दे टांगे ते जाना पैना टांगा हैगा चलो चलो ओए आजो भी आजो 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 शिंदी ले मेरा तो एक सूट बन गया अच्छा ओ बस चल दे बस ओए दाढ़ी ताँ कटी जे चंगी कटनी है पहले ही बेड़ा कर करके रखता है हाथों की तेरे वाली यार वो पीती खादी माड़ा मोटा टक लग गया तू तो मेरा पिंड गुड्डा ही बन के रख देता वा कमाल करी है ना यार तू कदों के चलना भाई बस तुसी कहना ते असी चल पैना चल मार ले आवाज हुन बिल्लू नु ओ बिल्लू हैं ओए आ जा ओए दरियाओ पार वाली सवारी आ गई चल आ जा छटन चलिए आ गया जा वड़ भांडे ओ गल सुन ओए 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 राणो दे बापू अज ना सवेर दा बनेरे ते कां बोलन दे आ ओ कमलिए करमाणा दे घरां दे बनेरां ते कां बोलदे हुंदे आ हां राणो दे बापू ए तां बाबे नानक दी मेहर है लो पानी पियो लै ओ आ गए परौणे तंगी पेशी नहीं हुई ਤੁਸੀਂ ਪਿਛੇ ਮੈਂ ਆਉਣ ਦਨਾ ਮੈਂ ਤਾਂ ਫੁੱਲਾਂ ਵਾਂਗੂ ਰੱਖੀ ਆ ਮੈਂ ਤਾਂ ਰੱਖੂ ਤਾਰਾਂ ਖਿੱਚ ਕੇ ਤੁਸੀਂ ਵੀ ਨਾ ਬਸ ਮਸ਼ਕਰੀਆਂ ਕਰਦੇ ਰਿਹਾ ਕਰੋ ਹਰ ਵੇਲੇ ਉਹ ਗੱਲਾਂ ਨਹੀਂ ਤਾਰਾਂ ਖਿੱਚੀ ਜਾਓਗੇ ਤੇ ਚਾਹ ਪਾਣੀ ਵੀ ਮੰਗਾਓਗੇ ਬਈ ਚਾਹ ਚ ਪਿਆ ਨਿਆਣਿਆਂ ਨੂੰ ਬਈ ਸਹੁਰਿਆਂ ਘਰ ਆਏ ਆ ਮੈਂ ਤਾਂ ਰੱਖੂਗਾ ਤਾਰਾਂ ਖਿੱਚ ਕੇ ਜਾਓ ਤੁਸੀਂ ਵੀ ਨਾ ਭੈਣੇ ਹਾਏ ਮੇਰੀ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਸ਼ਿਕਾਲ ਜੀ ਜੀ ਸਾਸ਼ਿਕਾਲ ਉਹ ਤਾਂ ਉਹਦੇ ਭਾਂਜੇ ਨੂੰ ਮਿਲਾ ਓਏ ਸਾਸ਼ਿਕਾਲ ਬੋਲ ਪੁੱਤ ਹਰਜੀਤ ਕਰੇ ਆ ਰਾਣੋ ਨੂੰ ਵੀ ਚਾਹ ਪਿਆ ਦੇ ਜੀ ਜੀ ਤੈਨੂੰ ਚਾਹ ਵਰਗੇ ਨੂੰ ਵੇਖ ਕੇ ਤਾਂ ਵੈਸੇ ਚਾਹ ਚੜ ਜਾਂਦਾ ਚਾਹ ਦੀ ਲੋੜਾ ਵੇਖ ਸਾਲੀ ਸਾਹਿਬਾ ਆ ਜਿਹੜਾ ਰੰਗ ਆ ਨਾ
ਤਾਰਾਂ ਖਿੱਚ ਕੇ ਜਿੱਦਾਂ ਹੋਇਆ ਨਹੀਂ ਤਾਂ ਆਪਾਂ ਵੀ ਚੱਲ ਬਸ ਕਰ ਚੱਲ ਛੱਡ ਨਹੀਂ ਕਮਲੀਏ ਤੂੰ ਵੀ ਆਪਣੇ ਜੀਜੇ ਵਾਂਗੂ ਬਸ ਮਸ਼ਕਰੀਆਂ ਕਰਦੀ ਰਿਹਾ ਕਰ ਤੂੰ ਤਾਂ ਸਾਡਾ ਪ੍ਰਾਹੁਣਾ ਹੀ ਡਰਾਤਾ ਸੀ ਯਾਰ ਹੋਰ ਕੀ ਬਾਪੂ ਇਹਨੇ ਡਰਾ ਹੀ ਛੱਡਿਆ ਕਸ਼ਮੀਰ ਸਿੰਘ ਹਮ ਡਰਾਣੇ ਨਹੀਂ ਪ੍ਰਾਹੁਣਾ ਜੀ ਕੋ ਮਿਲਣੇ ਆਇਆ ਹੂੰ ਬਾਪੂ ਜਾਣ ਹੀ ਕੱਢਦੇ ਲੱਗਾ ਜੀਜਾ ਜੀ ਸਾਡੇ ਫੌਜੀ ਚਾਚੇ ਤੇ ਸਭ ਨੂੰ ਮਾਣ ਹੈ ਇਹਨਾਂ ਨੇ ਤਾਂ ਵੱਡੀਆਂ ਵੱਡੀਆਂ ਦੀ ਤਾਰਾਂ ਢਿੱਲੀਆਂ ਕਰ ਦਿੱਤੀਆਂ ਕੋਈ ਨੀ ਪ੍ਰਾਹੁਣਿਆ ਤੇਰੇ ਆਉਣ ਦੀ ਖੁਸ਼ੀ ਚ ਅੱਜ ਆਪਾਂ ਵੀ ਸਿਆਰ ਲਾਵਾਂਗੇ ਤੇ ਫਿਲਮ ਪਤਾ ਕਿਹੜੀ ਦਿਖਾਉਣੀ ਆ ਛੋਲੇ ਕਿਤਨੇ ਆਦਮੀ ਥੇ ਕਾਲੀਆ ਕੋਈ ਕੱਪੜਾ ਲੀੜਾ ਵੀ ਪਾ ਲਿਆ ਘਰ ਆ ਗਏ ਬਾਪੂ ਜੀ ਆ ਗਿਆ ਵੀ ਸੀ ਯਾਰ ਕੀ ਹੋਇਆ ਬਾਪੂ ਜੀ ਆ ਗਏ ਬਾਪੂ ਜੀ ਵੀ ਸੀ ਯਾਰ ਪ੍ਰਾਹੁਣਿਆ ਯਾਰ ਵੀ ਸੀ ਯਾਰ ਨਹੀਂ ਮਿਲਿਆ ਬਾਪੂ ਇਹੋ ਜਿਹੀਆਂ ਚਲਾਕੀਆਂ ਜੱਗੀ ਲੈਨ ਮੈਨ ਨਾਲ ਨਹੀਂ ਚੱਲਣੀਆਂ ਦੇ ਬਹਾਨੇ ਕਿਸੇ ਹੋਰ ਨੂੰ ਲਾਈ ਤਾਰਾਂ ਖਿੱਚ ਕੇ ਨਾ ਪੁੱਤ ਨਾ ਵਾਲਾ ਗੁੱਸਾ ਨਹੀਂ ਕਰੀਦਾ ਆ ਲੈ ਠੰਡਾ ਪਾਣੀ ਪੀ ਫੌਜੀ ਵੀਰੇ ਤੂੰ ਦੱਸ ਖਾਂ ਭਲਾ ਆ ਵੀਸੀਆਰ ਕਿਉਂ ਨਹੀਂ ਮਿਲਿਆ ਭਾਬੀ ਜੀ ਬਾਤ ਐਸੇ ਹੈ ਕੋਈ ਹਮੇ ਮਨਾ ਥੋੜੀ ਕਰ ਸਕਤਾ ਹੈ ਮੈਨੇ ਵੀ ਤੀਨ ਜੰਗੇ ਲੜੀ ਹੈ ਵੀਸੀਆਰ ਤੋਂ ਲੱਗੇਗਾ ਮਗਰ 10 ਤਰੀਕ ਕੋ ਯਾਰ ਫੌਜੀਆ ਤੂੰ ਚੁੱਪ ਨਹੀਂ ਕਰ ਸਕਦਾਗਾ ਇੱਥੇ ਹੁਣ ਤੂੰ ਜੰਗ ਲਾਉਣੀ ਹੈ ਪ੍ਰਾਹੁਣਿਆ ਵੀਸੀਆਰ ਤਾਂ ਮਿਲਿਆ ਨਹੀਂ ਤੂੰ ਐਂ ਕਰ ਅੱਜ ਅਲਫ ਲੈਲਾ ਨਾਲ ਉਹ ਕੋਈ ਨਹੀਂ ਜੀਜਾ ਅੱਜ ਅਲਿਫ ਲੈਲਾ ਦੇਖ ਲਾ ਐਵੇਂ ਨਾ ਹੋਵੇ ਅਲਿਫ ਲੈਲਾ ਤੋਂ ਵੀ ਜਾਵੇ ਚੁੱਪ ਕਰਨੀ ਹਰ ਵੇਲੇ ਆਪਣੇ ਜੀਜੇ ਨਾਲ ਹੁਜਤਾਂ ਵੱਢਦੀ ਰਹਿੰਦੀ ਹੈ ਮਾਂ ਕੋਈ ਨਹੀਂ ਕੁੜੇ ਸਮਝਾਇਆ ਕਰ ਮਾਤਾ ਇਹਨੂੰ ਸਿਰੇ ਚੜਾਇਆ ਵਾ ਬਾਪੂ ਅੱਜ ਤੋਂ ਤੂੰ ਆਪਣੇ ਕੁੱਕੜਾਂ ਦੀ ਉਲਟੀ ਗਿਣਤੀ ਸ਼ੁਰੂ ਕਰ ਦੇ ਸਾਰਾ ਖਿੱਚ ਕੇ ਲੈਨਮੈਨ ਸਾਹਿਬ ਮੈਨੇ ਰਾਤ ਕੋ ਸਭੀ ਕੁਛ ਦੇਖਾ ਰਾਤ ਕੋ ਫੌਜੀ ਸਾਹਿਬ ਆਪਣੇ ਰਾਤ ਕੋ ਕਿਆ ਦੇਖਾ ਬਈ ਮੈਨੇ ਪੂਰੇ ਕਾ ਪੂਰਾ ਅਲਫ ਲੈਲਾ ਦੇਖਾ ਬੜਾ ਮਜ਼ਾ ਆਇਆ ਫੌਜੀ ਸਾਹਿਬ ਮੈਂ ਤਾਂ ਡਰ ਹੀ ਗਿਆ ਥਾ ਕਿ ਆਪਣੇ ਪਤਾ ਨਹੀਂ ਰਾਤ ਕੋ ਕਿਆ ਦੇਖ ਲਿਆ ਬਈ ਜ਼ਿੰਦਗੀ ਮੈਂ ਬੜਾ ਕੁਛ ਦੇਖਣਾ ਪੜਤਾ ਹੈ ਅਰੇ ਬਾਬੂ ਮੋਸ਼ਾ ਇਹ ਜੋ ਜ਼ਿੰਦਗੀ ਹੈ ਨਾ ਇਹ ਜ਼ਿੰਦਗੀ ਇੱਕ ਜੂਆ ਹੈ ਕਭੀ ਜੀਤ ਹੈ ਤੋ ਕਭੀ ਹਾਰ ਹੈ ਜ਼ਿੰਦਗੀ ਕੈਸੀ ਹੈ ਪਹੇਲੀ ਹਾਏ ਕਭੀ ਇਹ ਹਸਾਏ ਕਭੀ ਇਹ ਰੁਲਾਏ ਜ਼ਿੰਦਗੀ ਕੈਸੀ ਹੈ ਪਹੇਲੀ ਜੀ ਸਾਹਿਬ ਇਹ ਕੌਣ ਜੋਕਰ ਆ ਲੈਨਮੈਨ ਸਾਹਿਬ ਜੋਕਰ ਨਹੀਂ ਜੇ ਹਮਾਰੇ ਪਿੰਡ ਦਾ ਹੀਰੋ ਹੈ ਹੀਰੋ ਸਤਿ ਸ੍ਰੀ ਅਕਾਲ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਬਿੰਦੇ ਔਰ ਕਿਆ ਹਾਲ ਹੈ ਬਹੁਤ ਵਧੀਆ ਫੌਜੀ ਸਾਹਿਬ ਤੁਸੀਂ ਸੁਣਾਓ ਗੁੱਡ ਮੈਂ ਸੁਣਿਆ ਕਸ਼ਮੀਰ ਸਿੰਘ ਦੇ ਘਰ 10 ਤਰੀਕ ਨੂੰ VCR ਲੱਗਣਾ ਵਾ ਓਏ ਰੌਲਾ ਮਤ ਡਾਲੋ ਹੌਲੀ ਬੋਲੋ ਤੂੰ ਵੀ ਆ ਜਾਣਾ ਅਰੇ ਦੁੱਧ ਲੈ ਕੇ ਆਊਂ ਕਿ ਸ਼ਰਾਬ ਲੈ ਕੇ ਆਊਂ ਕੁਛ ਵੀ ਲੈਤੇ ਆ ਨਾ ਅਰੇ ਪ੍ਰਾਹੁਣਾ ਸਾਹਿਬ ਟਾਈਮ ਕਿੰਨਾ ਹੋ ਗਿਆ ਟਾਈਮ 7 ਪ੍ਰਾਹੁਣਾ ਜੀ ਆਪ ਕੀ ਤਾਂ ਸੁਬੇ ਸੁਬੇ ਤਾਰੇ ਢੀਲੀ ਹੋ ਗਈ ਲੱਗਦਾ ਹੈ ਪ੍ਰਾਹੁਣਾ ਜੀ ਗੁੱਸਾ ਕਰ ਗਏ ਉਹ ਪ੍ਰਾਹੁਣਾ ਜੀ ਉਹ ਰੁਕੋ ਉਹ ਬਿੱਲੂ ਯਾਰ ਆ ਜਾ ਹੁਣ ਨਹੀਂ ਆਉਣਾ ਤੇਰੀ ਹੀਰ ਨੇ ਓਏ ਆਉਣਾ ਕਿਉਂ ਨਹੀਂ ਆ ਆਊਗੀ ਤੇਰੀ ਭਾਬੀ ਰਾਣੋ ਨਹੀਂ ਆਈ ਉਹਨੂੰ ਕੀ ਲੋੜ ਆਉਣ ਦੀ ਉਹ ਤਾਂ ਤਿਆਰੀਆਂ ਕਰਦੀ ਹੋਊ ਉਹਨੂੰ ਵੇਖਣ ਵਾਲੇ ਆ ਰਹੇ ਆ ਵੇਖਣ ਵਾਲੇ ਅੱਛਾ ਉਹ ਕਦੋਂ ਲੈ 10 ਤਰੀਕ ਨੂੰ ਨਾਲੇ VCR ਲਾਉਣਾ ਉਹ ਵੀ ਰਾਤ ਨੂੰ 10 ਵਜੇ ਹਾਏ ਉਹ ਵੇਖੂ ਪਿੰਗਾਂ ਪਿਆਰ ਦੀਆਂ
ਲੱਗਦਾ ਸੱਟ ਦਿਲ ਤੇ ਲੱਗ ਗਈ। ਬਿੱਲੂ ਜੇ ਤੂੰ ਮੇਰੀ ਮੰਨੇ ਨਾ ਤੂੰ ਵੀ ਕੋਈ ਏਦਾਂ ਦਾ ਕਾਰੋਬਾਰ ਕਰ ਲਾ। ਏਦਾਂ ਦਾ ਕਾਰੋਬਾਰ? ਮੇਰਾ ਮਤਲਬ ਤੂੰ ਵੀ VCR ਲੈ ਲਾ। VCR? ਮੇਰਾ ਮਤਲਬ ਤੂੰ ਵੀ VCR ਲੈ ਲੈ। ਵੀ ਲੋੜ ਹੋਣ ਦੀ ਬਿੱਲੂ ਤਿਆਰੀਆਂ ਕਰਦੀ ਹੋ। ਜੇ ਤੂੰ ਮੇਰੀ ਮੰਨੇ ਨਾ ਦੇਖਣ ਵਾਲੇ ਆ ਰਹੇ ਆ ਇਦਾਂ ਦਾ ਕਾਰੋਬਾਰ ਕਰ ਲੈ। ਦੱਸ ਮੇਰਾ ਮਤਲਬ ਤੂੰ ਵੀ VCR ਲੈ ਲੈ। ਪਿਆਰ ਦੀਆਂ ਲੱਗਦਾ ਸੱਟ ਦਿਲ ਤੇ ਲੱਗ ਗਈ। ਹੋ ਗੋਲੀ ਮਾਰੋ ਇਹੋ ਜੇ ਵਨੋਟੀ ਯਾਰ ਨੂੰ, ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਨੂੰ, ਇਹੋ ਜੇ ਬਨੌਟੀ ਯਾਰ ਨੂੰ। ਉਹ ਬਿੱਲੂ ਯਾਰ ਕੀ ਗੱਲ, ਬੜਾ ਉਦਾਸ ਹੈ, ਚੁੱਪ ਚੁੱਪ ਰਹੀ ਨਾ, ਮੇਰੀ ਗੱਲ ਦਾ ਜਵਾਬ ਨਹੀਂ ਦਿੰਦਾ। ਉਹ ਵੀ ਰਿਹਾ ਕੀ ਗੱਲ ਹੈ ਬਿੱਲੂ ਨੂੰ? ਲੈ ਸੁਣ ਲਾ ਫਿਰ, ਲੋਕੀ ਤਾਂ ਇਸ਼ਕ 'ਚ ਅੰਨੇ ਹੁੰਦੇ ਆ, ਇਹ ਕਮਲਾ ਹੋ ਗਿਆ। ਉਹ ਕਮਲਿਆ ਆਸ਼ਕਾਂ ਨੂੰ ਮਜ਼ਾਕ ਨਹੀਂ ਕਰੀਦਾ, ਇਹਨਾਂ ਦੇ ਦਿਲ ਬੜੇ ਨਾਜ਼ੁਕ ਹੁੰਦੇ ਆ। ਉਹ ਪਰ ਛੱਡ ਯਾਰ, ਤੂੰ ਮੈਨੂੰ ਇਹ ਦੱਸ ਵੀ VCR ਕਿੱਥੋਂ ਮਿਲੂਗਾ? ਲੈ ਹੈ ਕਮਲਾ, ਉਹ ਮੈਂ ਤੇ ਆਪ ਬਾਹਮਣਾ ਦੇ ਘਰ TV ਵੇਖਣ ਜਾਂਦਾ ਵਾਂ, ਮੈਨੂੰ ਕੀ ਪਤਾ ਯਾਰ ਕਿੱਥੋਂ ਮਿਲੂਗਾ। ਪਰ ਮੈਨੂੰ ਇਹ ਦੱਸ ਵੀ VCR ਲੈਣਾ ਕਿੰਨੇ ਆ? ਮੈਂ ਲੈਣਾ ਯਾਰ। ਫਿਰ ਤੇਰੀ ਉਹੀ ਗੱਲ ਬਿੱਲੂ ਯਾਰ, ਤੈਨੂੰ ਪਤਾ ਵੀ VCR ਰਕਮ ਵਾਲੀ ਚੀਜ਼ ਆ, ਆਪਣੇ ਤੋਂ ਨਹੀਂ ਲੈ ਜਾਣਾ। ਉਹ ਯਾਰ ਇੱਕ ਤਾਂ ਤਾਂਗੇ ਨਾਲ ਆਪਣੀ ਰੋਟੀ ਮਸਾ ਪੂਰੀ ਹੁੰਦੀ ਆ। ਅੱਜ ਕਿਤੇ ਮੇਰਾ ਬਾਪੂ ਜ਼ਿੰਦਾ ਹੁੰਦਾ। ਪਰ ਬਿੱਲੂ ਮੈਨੂੰ ਇਹ ਦੱਸ ਭਾਈ VCR ਲੈਣਾ ਕਿਉਂ ਆ? ਉਹ ਕਾਲਿਆ, ਇਸ਼ਕ ਦੀਆਂ ਗੱਲਾਂ ਨਹੀਂ ਤੂੰ ਸਮਝ ਸਕਦਾ। VCR ਤੇ ਮੈਂ ਲੈ ਕੇ ਰਹੂੰ, ਜੋ ਮਰਜ਼ੀ ਹੋ ਜੇ। ਲੈ ਇਹਦੀ ਤਾਂ ਉਹ ਗੱਲ ਆ, ਅਖੇ ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ। VCR ਤੇ ਮੈਂ ਜਾਨ ਦੇ ਕੇ ਵੀ ਲਵਾਂਗਾ। ਪਰ ਬਿੱਲੂ ਫਿਰ ਇਹਦਾ ਇੱਕੋ ਹੀ ਇੱਕ ਹੱਲ ਆ। ਉਹ ਕੀ? ਮਨੀਮ ਸਾਹਿਬ। ਹਾਂਜੀ। ਆਪਣੇ ਕਾਗਜ਼ ਪੱਤਰ ਸਹੀ ਕਰ ਲਓ ਅਤੇ ਕਿਤਾਬਾਂ ਕਰ ਲਓ ਪੂਰੀਆਂ, ਇੰਸਪੈਕਟਰ ਸਾਹਿਬ ਦਾ ਫੋਨ ਆਇਆ ਸੀ। ਠੀਕ ਹੈ ਜੀ। ਨਾਲੇ ਸਾਫ ਸੂਫ ਸਹੀ ਰੱਖੋ, ਤਾਂ ਹੀ ਪਤਾ ਲੱਗਦਾ। ਬਸ 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 ਬਸ, ਚੱਲ ਵੀ ਪੀ ਰਿਹਾ। ਓਏ ਆਓ ਵੀ ਮੁੰਡਿਓ। ਸਤਿ ਸ਼੍ਰੀ ਅਕਾਲ ਸਰਦਾਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਹੈ ਜੀ। ਇੱਕ ਕੰਮ ਸੀ ਸਰਦਾਰ ਜੀ। ਹਾਂ ਦੱਸ ਵੀ ਰਿਹਾ। ਦੱਸ ਬਿੱਲੂ, ਬੋਲ। ਸਰਦਾਰ ਜੀ ਮੈਨੂੰ ਪੈਸੇ ਚਾਹੀਦੇ ਸੀ। ਪੈਸੇ? ਕਾਕਾ ਅਸੀਂ ਆੜਤੀ ਹੁੰਦੇ ਹਾਂ, ਅਸੀਂ ਫਸਲਾਂ ਨੂੰ ਪੈਸੇ ਦਿੰਦੇ ਹਾਂ ਤਾਂ ਕਿ ਉਹ ਫਸਲ ਵੇਚੇ ਅਤੇ ਸਾਡੇ ਪੈਸੇ ਮੋੜ ਦੇ। ਤੇਰੇ ਕੋਲ ਨਾ ਫਸਲ ਨਾ ਜ਼ਮੀਨ, ਪੈਸੇ ਕਿਵੇਂ ਮੋੜੇਗਾ? ਫਸਲ ਤਾਂ ਮੇਰੇ ਕੋਲ ਹੈ ਨਹੀਂ, ਫਿਰ ਤੈਨੂੰ ਪੈਸੇ ਕਿਵੇਂ ਦੇ ਦਾਂ ਮੈਂ? ਸਰਦਾਰ ਜੀ ਮੈਂ ਇੱਕ ਮਹੀਨੇ ਤੱਕ ਪੈਸੇ ਮੋੜ ਦੂੰਗਾ, ਤੁਸੀਂ ਟਾਂਗਾ ਅਤੇ ਘੋੜਾ ਗਹਿਣੇ ਰੱਖ ਲਓ। ਅੱਛਾ ਇਹ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਨੇ ਅਤੇ ਕਦ ਲਈ ਚਾਹੀਦੇ ਨੇ? ਮੈਂ ਆਪਣਾ ਕਾਰੋਬਾਰ ਵਧਾਉਣਾ ਚਾਹੁੰਦਾ ਜੀ। ਕਾਰੋਬਾਰ? ਤੂੰ ਪਹਿਲਾ ਬੰਦਾ ਜਿਹਨੇ ਜ਼ਿੰਦਗੀ 'ਚ ਇਹ ਕਿਹਾ ਵੀ ਮੈਨੂੰ ਕਾਰੋਬਾਰ ਵਧਾਉਣ ਲਈ ਪੈਸੇ ਚਾਹੀਦੇ ਨੇ। ਨਹੀਂ ਇੱਥੇ ਆ ਕੇ ਬੰਦੇ ਇਹੋ ਜਿਹੇ ਕੰਮਾਂ ਲਈ ਪੈਸੇ ਮੰਗਦੇ ਸੁਣ ਕੇ ਹੈਰਾਨ ਹੋ ਜਾਈਦਾ। ਕੋਈ ਨਹੀਂ ਕਾਕਾ, ਲੈ ਜਾ ਪੈਸੇ ਜਿੰਨੇ ਚਾਹੀਦੇ ਅਤੇ ਜਦੋਂ ਹੋਏ ਮੋੜ ਦੇ। ਮਨੀਮ ਸਾਹਿਬ। ਹਾਂਜੀ। ਦੇ ਦੇ ਮੁੰਡੇ ਨੂੰ ਪੈਸੇ। ਠੀਕ ਹੈ ਸਰਦਾਰ ਜੀ। ਅਤੇ ਆਪਣਾ ਘੋੜਾ ਅਤੇ ਤਾਂਗਾ ਵੀ ਲੈ ਜਾ, ਉਹ ਮਿਹਨਤੀ ਮੁੰਡਾ, ਕੰਮ ਕਰਕੇ ਮੋੜ ਦੇਗਾ, ਮੈਨੂੰ ਪਤਾ। ਸਰਦਾਰ ਜੀ ਬਹੁਤ ਬਹੁਤ ਧੰਨਵਾਦ ਜੀ। ਹਾਂ ਜਾਓ ਜਾਓ, ਕੋਈ ਨਹੀਂ, ਕਰਦਾ ਵੀ ਕੰਮ ਇਹਨਾਂ ਦਾ। ਚੰਗਾ ਜੀ। ਲੈ ਵੀ ਬਿੱਲੂ ਬਣ ਗਿਆ ਕੰਮ। ਸਹੀ ਗੱਲ ਹੈ। ਲੈ ਵੀ ਫੜ ਪੈਸੇ ਅਤੇ ਕਰ ਤਰੱਕੀਆਂ, ਵਧਾ ਆਪਣਾ ਕਾਰੋਬਾਰ। ਚੰਗਾ, ਸਤਿ ਸ਼੍ਰੀ ਅਕਾਲ ਜੀ। ਚੱਲ ਉਹ ਤੇਰੇ ਟਿੱਲੇ ਤੋਂ ਸੂਰਤ ਦੀ ਦੀਆ ਹੀਰ ਦੀ ਆਲੇ ਵੇਖ ਗੋਰਖਾ ਉੱਡਦੀਆਂ ਫੁਲਕਾਂ। ਉਹ ਰਾਂਝਾ ਪੂਜਾ ਪਾਠ ਫੇਰ ਕਰ ਲਈ, ਪਹਿਲਾਂ ਫਿਲਮ ਦਿਖਾ ਦੇ ਮੈਨੂੰ। ਉਹ ਇਸ VCR ਤੇ ਪਹਿਲੀ ਫਿਲਮ ਤੇ ਰਾਣੋ ਵੇਖੂ। ਹੁਣ ਆਹ ਕਿਹੜੀ ਨਵੀਂ ਭਸੂੜੀ ਯਾਰ, ਰਾਣੋ ਵੇਖੂਗੀ,
ਪਹਿਲਾਂ ਮੈਨੂੰ ਵਿਖਾ ਦੇ, ਤੈਨੂੰ ਕੀ ਹੁੰਦਾ ਫਿਰ? ਓਏ ਹੁਣ ਤੇ ਸਕੀਮ ਲਾਉਣੀ ਪੈਣੀ ਆ ਯਾਰ। ਸਕੀਮ ਬਾਅਦ ਚ ਲਾ ਲਈ, ਪਹਿਲਾਂ ਮੈਨੂੰ ਛੇਤੀ ਫਿਲਮ ਦਿਖਾ, ਮੈਨੂੰ ਨੀ ਪਤਾ। ਤੈਨੂੰ ਆਖਿਆ ਨਾ ਰਾਣੋ ਹੀ ਵੇਖੂਗੀ। ਯਾਰ VCR ਤੇਰੇ ਨਾਲ ਮੈਂ ਲਿਆਂਦਾ, ਕੰਮ ਤੇਰੇ ਨਾਲ ਮੈਂ ਕਰਾਉਣਾ ਤੇ ਫਿਲਮ ਪਹਿਲਾਂ ਰਾਣੋ ਵੇਖੂਗੀ। ਅੱਛਾ, ਰਾਣੋ ਵੇਖੂਗੀ ਤੇ ਫਿਰ ਰਾਣੋ ਨੂੰ ਦਿਖਾ ਦੇ, ਠੀਕ ਆ? ਓ ਨਹੀਂ ਨਹੀਂ ਨਹੀਂ, ਤੂੰ ਤੇ ਮੇਰਾ ਬੁੱਗਾ ਹੈ, ਮੇਰੀ ਜਾਨ ਹੈ, ਹੈ? ਤੂੰ ਵੀ ਫਿਲਮ ਵੇਖ ਲਈ। ਕੋਈ ਨਾ, ਤੂੰ ਟੱਕੀ ਟੁੱਕੀ ਮਾਰ, ਕਰ ਸਾਫ਼ ਕਰ ਪਹਿਲਾਂ, ਆਪਾਂ ਚੱਲੀਏ ਫਿਰ। ਹਾਂ ਹਾਏ, ਆ ਵੇਖਣੇ ਮੈਂ ਪਹਿਲਾਂ ਇਹ ਆ ਆ ਵਾਲੀ ਇਹ ਆ। ਹਾਂ ਠੀਕ ਹੈ ਠੀਕ ਹੈ, ਇਹ ਵੇਖ ਲਈ। ਹਾਂ ਸਾਫ਼ ਕਰ ਸਾਫ਼ ਕਰ ਚੰਗੀ ਤਰ੍ਹਾਂ। ਜ਼ਿੰਦਗੀ ਬੜੀ ਮੁਸ਼ਕਿਲ ਸੇ ਮਿਲਤੀ ਹੈ ਦੋਸਤ, ਇਸੇ ਜੀਣਾ ਸਿੱਖੋ। ਬਾਬੂ ਮੋਸ਼ਾਇ, ਮੌਤ ਕਬ ਔਰ ਕੈਸੇ ਆ ਜਾਏ, ਇਹ ਤੋ ਉੱਪਰ ਵਾਲੇ ਕੇ ਹਾਥ ਮੇਂ ਹੈ। ਜ਼ਿੰਦਗੀ ਕੈਸੀ ਹੈ ਪਹੇਲੀ ਹਾਏ, ਕੀ ਲੜਕੀ ਦੇ ਪੈਂ ਨਾਸ ਗਲਤ ਜਗ੍ਹਾ ਪੇ ਲੜਤੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਆਓ ਵੀ ਮੁੰਡਿਓ, ਕਿੱਥੋਂ ਆਏ ਜੇ ਤੇ ਕਿਵੇਂ ਆਏ ਜੇ? ਅਸੀਂ ਨਾਲ ਦੇ ਪਿੰਡ ਤੋਂ ਆਏ ਜੀ, ਮੈਂ ਵੀਰਾ ਤੇ ਇਹ ਬਿੱਲੂ VCR। ਅੱਛਾ, ਅਸੀਂ ਤੁਹਾਡੇ ਪਿੰਡ VCR ਲਾਉਣ ਆਏ ਆ ਜੀ, ਤੇ ਉਹ ਵੀ ਫ੍ਰੀ। ਹੈਂ, ਫ੍ਰੀ VCR? VCR ਲੱਗਣਾ ਉਹ ਵੀ ਫ੍ਰੀ? ਹਾਂਜੀ। ਉਹ ਮੁੰਡਿਓ, ਉਹ ਕਿਤੇ ਸਾਨੂੰ ਮੂਰਖ ਤਾਂ ਨਹੀਂ ਬਣਾਉਣ ਆਏ? ਨਹੀਂ ਜੀ। ਭਾਜੀ ਤੁਹਾਡੇ ਕੋਲ ਫਿਲਮਾਂ ਕਿਹੜੀ ਕਿਹੜੀ ਹੈਗੀ? ਸਾਰੀਆਂ ਹੈਗੀਆਂ। ਸਾਰੀਆਂ ਫਿਲਮਾਂ ਹੈਗੀ? ਤੁਹਾਡੇ ਕੋਲ ਰਾਜੇਸ਼ ਖੰਨਾ ਦਾ ਫਿਲਮ ਹੈਗੀ, ਰੋਟੀ ਰੋਟੀ। ਸਾਡੇ ਕੋਲ ਪਰੌਠਾ ਵੀ ਹੈਗੀ। ਤੁਹਾਡਾ ਭਲਾ ਹੋ ਜਾ ਭਾਜੀ, ਮੱਖਣ ਮਾਰ ਕੇ। ਅਸਾਂ ਮੱਖਣ ਮਾਰ ਕੇ। ਅਸਾਂ ਭਾਜੀ, ਮੈਨੂੰ ਇਹ ਦੱਸੋ VCR ਜੋ ਹੈ ਲਾਉਣਾ ਕਿਦੋਂ ਹੈ? ਅੱਜ ਸ਼ਾਮ ਨੂੰ ਲਗਾ ਦਿੱਤੇ ਹੈ। ਉਹ ਬੱਲੇ 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 ਭਾਜੀ ਭਾਜੀ, ਫਿਰ ਮੈਂ ਜਾ ਕੇ ਆਪਣਾ ਤਿਆਰੀ ਸਾਰੀ ਕਰੂੰ। ਕਰੋ ਕਰੋ ਤਿਆਰੀ। ਲਓ ਭਾਜੀ, ਅੱਜ ਫਿਰ VCR ਦੇਖੇਗੇ ਸ਼ਾਮ ਕੋ। ਅੱਜ ਸ਼ਾਮ ਨੂੰ ਲਾਓਗੇ? ਹਾਂ ਹਾਂ, ਸ਼ਾਮ ਨੂੰ ਲਾਵਾਂਗੇ। ਨਹੀਂ ਬਾਬਾ ਬਾਦਸ਼ਾਹ, ਮੈਨੂੰ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਚੁੱਕਿਆ ਤਾਂ ਜ਼ਰੂਰ ਸੀ, ਪਰ ਮੈਂ ਉਹਨਾਂ ਨੂੰ ਕੁਛ ਨਹੀਂ ਦੱਸਿਆ। ਤੈਨੂੰ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਚੱਕਿਆ ਸੀ ਅਤੇ ਬਚ ਗਿਆ, ਪਰ ਬਹਾਦਰ ਕੋਲੋਂ ਤੈਨੂੰ ਰੱਬ ਵੀ ਨਹੀਂ ਬਚਾ ਸਕਦਾ। ਨਹੀਂ ਬਾਬਾ ਬਾਦਸ਼ਾਹ, ਬਾਦਸ਼ਾਹ ਖਬਰ ਲੈ ਕੇ ਆਇਆ। ਕੀ ਗੱਲ, ਬੜਾ ਸੋਸ ਆਈ ਹੋਇਆ? ਅੱਜ ਪਿੰਡ ਵਿੱਚ VCR ਲੱਗਣ ਲੱਗਾ। ਉਹ VCR ਲੱਗਣ ਵਾਲਾ ਹੈ, ਕੋਈ ਬੰਬ ਨਹੀਂ ਚੱਲਣ ਲੱਗਾ। ਉਸਤਾਦ, ਬੰਬ ਦੀ ਗੱਲ ਨਹੀਂ ਆ, ਅੱਜ ਰਾਣੋ ਰਾਤ ਨੂੰ VCR ਵੇਖਣ ਆਉਣ ਲੱਗੀ ਆ। ਵੈਸੇ ਤਾਂ ਬਾਦਲ ਫਿਲਮਾਂ ਵੇਂਦਾ ਨਹੀਂ, ਪਰ ਜੇ ਰਾਣੋ ਆ ਰਹੀ ਹੈ ਨਾ ਤਾਂ ਫਿਰ ਜ਼ਰੂਰ ਦੇਖਾਂਗਾ। ਜ਼ਰੂਰ। ਚਲੋ ਏ, ਉਹ ਪੁੱਤ ਤੇਰੀ ਬੇਬੇ ਕਿੱਥੇ ਰਹਿ ਗਈ? ਆਉਂਦੀ ਹੈ ਹੁਣੇ। ਬੇਬੇ ਆ ਜਾ। ਕੋਈ ਨੀ, ਮੈਂ ਤਾਰਾਂ ਤੂਰਾਂ ਸੈੱਟ ਕਰਦਾ, ਦੱਸ ਦੇ ਮੈਨੂੰ ਕਦੋਂ ਖਲਾਉਣਾ। ਆ ਗਈ ਪੁੱਤ, ਆ ਗਈ ਆ ਗਈ। ਉਹ ਘਰੇ ਵੀ ਤਾਂ ਨਜਿੱਠਣਾ ਹੁੰਦਾ ਸਾਰਾ ਕੁਛ। ਆਹੋ, ਰੋਟੀਆਂ ਵੀ ਲਾਉਣੀਆਂ। ਸਾਰੇ ਛੋਲੇ ਫਿਲਮ ਲਿਆਂਦੀ ਉਹ ਚਲਾ ਦੇ, ਕਿਉਂ ਇੰਨਾ ਟਾਈਮ ਲਾਈ ਜਾਂਦਾ? ਲਾਉਣੇ ਜੀ ਲਾਉਣੇ ਆ, ਬਸ ਮਾੜ ਗਈਆਂ ਤਾਰਾਂ ਤੂਰਾਂ ਜੀਆਂ ਲਾ ਲਈਏ। ਹੁਣ ਲਾ ਦੇ ਕੇ ਉਦੋਂ ਲਾਏਗਾ ਜਦੋਂ ਅਗਲਿਆਂ ਨੇ ਛਿੱਤਰ ਮਾਰੇ। ਜਿੰਨਾ ਚਿਰ ਰਾਣੋ ਨਹੀਂ ਨਾ ਆਉਂਦੀ ਓਨਾ ਚਿਰ ਨਹੀਂ ਲਾਉਣਾ, ਇਹਨਾਂ ਨੂੰ ਰੌਲਾ ਪਾਉਣ ਦੇ। ਫੌਜੀ ਭਾਜੀ, ਸੁਣੋ, ਉਹ ਵਾਲੀ ਫਿਲਮ ਲਗਾਓ, ਧਰਮਿੰਦਰ ਪਾ ਵਾਲੀ ਜਿਹੜੀ ਹੈਗੀ, ਸੋਲੇ ਸੋਲੇ ਲਗਾਓ। ਬਸ ਬਾਰੀ ਬਾਰੀ ਸਭ ਕੀ ਪਸੰਦ ਕੀ ਫਿਲਮ ਲੱਗੇਗੀ, ਚੁੱਪ ਕਰਕੇ ਬੈਠੇ। ਇਹਨਾਂ ਦੇ ਪਸੰਦ ਹੀ ਲਾਈ ਚੱਲਿਓ। ਹਰਜੀਤ ਤੁਰੇ, ਮੈਂ ਚੱਲਦਾ। ਓਹੋ, ਗੁੱਸਾ ਨਹੀਂ ਕਰੀਦਾ ਹੁੰਦਾ ਇੰਨਾ। ਸਾਵਧਾਨ, ਆਪਕੋ ਸ਼ਰਮ ਨਹੀਂ ਆਤੀ? ਪ੍ਰਾਹੁਣਾ ਜੀ ਖੜੇ ਹੈ, ਆਪ ਬੈਠੇ ਹੈ। ਫੌਜੀ ਸਾਹਿਬ, ਖੜੇ ਤੋਂ ਹਮ ਵੀ ਹੈ। ਓਹੋ ਮੇਰਾ ਜੇ ਮਤਲਬ ਨਹੀਂ ਥਾ, ਇੱਥੇ ਬੈਠ ਜਾ ਇੱਥੇ। ਪ੍ਰਾਹੁਣਾ ਜੀ ਕੋ ਕੁਰਸੀ ਲਾ ਕਰ ਦੋ, ਰਹਿਣ ਦੋ, ਮੈਂ ਚੱਲਦਾ। ਉਹ ਛੱਡੀਦਾ ਹੁੰਦਾ। ਓਏ ਆ ਕੇ ਬਹਿ ਜਾ, ਐਵੇਂ ਮਾਰੇ ਆਟੇ ਵਾਂਗੂ ਅਕੜਿਆ ਖੜਾ। ਆ ਜਾ। ਓ ਬਹਿ ਜਾ ਭਾਜੀ, ਗੁੱਸਾ ਹੀ ਕਰੀ ਜਾਂਦੇ, ਬਹਿ ਜਾ ਹੁਣ। ਚਲੋ ਬਹਿ ਜਾ, ਕੰਮ ਸ਼ੁਰੂ ਕਰੇ। ਬਹਿ ਜਾਂਦਾ ਵਾਂ, ਤਾਰਾਂ ਖਿੱਚ ਕੇ।
ਤਾਰਾਂ ਖਿੱਚ ਦੋ ਬਾਅਦ ਮੈਂ ਚੱਲੇ ਹੀ ਨਾ ਵੀ ਸੀ ਯਾਰ ਲਾਉਣੇ ਜੀ ਬਸ ਲਾਉਣੇ ਲਾ ਵੀ ਲਾ ਲਾ ਦੇ ਹੁਣ ਨਹੀਂ ਤਾਂ ਇਕੱਲੇ ਇਕੱਲੇ ਤੇ ਛਿੱਤਰ ਪੈਣਗੇ ਉਹ ਤੈਨੂੰ ਕਿਹਾ ਨਾ ਜਿੰਨਾ ਟਾਈਮ ਉਹ ਨਹੀਂ ਆਉਂਦੀ ਇਤਨੀ ਤਿਆਰੀ ਤੋਂ ਜੰਕ ਹੀ ਨਹੀਂ ਹੋਤੀ ਆ ਤਾਰਾਂ ਜੀ ਠੀਕ ਕਰਕੇ ਲਾ ਦੇ ਜੀ ਫਿਰ ਲਾਉਣੇ ਜੰਗ ਨਾ ਉਹ ਵੀ ਵੱਡਾ ਕੰਮ ਹੈ ਜੀ ਆ ਜਾ ਪੁੱਤ ਲਓ ਵੀ ਲੱਗੀ ਆ ਲੱਗਣ ਤੁਹਾਡੀ ਫਿਲਮ ਬੱਚਿਓ ਮਾਰੋ ਤਾੜੀ ਆ ਦੇਖ ਤਾਂ ਸਾਰੇ ਬੱਚੇ ਕਿੰਨੇ ਖੁਸ਼ ਹੋਈ ਜਾਂਦੇ ਆ ਉਹ ਲੱਗ ਗਈ ਲਿਆ ਤੂੰ ਕਿੱਦਾਂ
ਬਿੱਲੂ ਭਾਜੀ ਛੋਲੇ ਫਿਲਮ ਹੈਗੀ? ਹਾਂ ਹੈਗੀ ਆ। ਦੂਸਰੀ ਹੈਗੀ ਜਿਹੜੀ ਬਾਅਦ ਚਲਾਈ ਦੀ ਹੈ? ਹਾਂ ਉਹ ਵੀ ਮਿਲ ਜੂਗੀ। ਦੋਵੇਂ ਦੇ ਦਾਂ? ਦੋਵੇਂ ਦੇ ਦਿਓ। ਲੈ ਜੀ ਵੀਰ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭੈਣ। ਕੀ ਹਾਲ? ਆਜੋ ਵੀ ਆਜੋ। ਵਧੀਆ, ਤੁਸੀਂ ਦੱਸੋ ਘਰ ਸਾਰੇ ਠੀਕ ਆ? ਸਭ ਵਧੀਆ, ਤੁਸੀਂ ਸੁਣਾਓ? ਲੈ ਅੱਜ ਫੇਰ ਬਸ ਨੰਗੀ ਟਾਂਗੇ ਤੇ ਜਾਣਾ ਬਣਾ। ਚਲ ਚਲੀਏ। ਆਜੋ ਆਜੋ ਆਜੋ। ਧਿਆਨ ਨਾਲ ਫੜੀ ਤੇ ਕੱਲ ਟਾਈਮ ਨਾਲ ਦੇ ਜਿਓ। ਠੀਕ ਆ। ਓ ਬਿੱਲੂ ਆ ਜਾ ਹੁਣ। ਓ ਸਵਾਰੀਆਂ ਆਈਆਂ, ਹੱਥ ਕਾਣ ਆ ਕੇ ਚਲਾ ਲਾਂਗੇ। ਵੀਰੇ, ਅੱਜ ਤੇ ਮੈਂ ਰਾਣੂ ਨਾਲ ਦਿਲ ਦੀ ਗੱਲ ਕਰਨੀ ਸੀ ਯਾਰ। ਚਲੋ ਜੋ ਰੱਬ ਨੂੰ ਮਨਜ਼ੂਰ। ਮੈਂ ਸ਼ਿੰਦੀ ਦਾ ਝੋਲਾ ਦੇ ਕੇ ਆਈ। ਮੈਨੂੰ ਲੱਗਦਾ ਆਹ ਆਉਂਦੀ ਹੈ ਰਾਣੂ ਤੁਰੀ, ਤੇਰੀ ਰੱਬ ਨੇ ਸੁਣ ਲਈ ਓਏ। ਕੀ ਹੈ ਰਾਣੂ? ਮੈਂ ਤੈਨੂੰ ਕੁਛ ਕਹਿਣਾ ਸੀ। ਸ਼ਿੰਦੀ, ਹਾਂ ਆਪਣਾ ਝੋਲਾ ਲੈ ਜਾ। ਹਾਂ ਦੱਸ। ਤੈਨੂੰ ਕੁਛ ਕਹਿਣਾ ਚਾਹੁੰਦਾ ਸੀ ਰਾਣੋ। ਤੂੰ ਹਰ ਵੇਲੇ ਮੇਰੇ ਖਿਆਲਾਂ 'ਚ, ਮੇਰੇ ਸੁਪਨਿਆਂ 'ਚ। ਮੈਂ ਜਿੱਥੇ ਵੀ ਜਾਵਾਂ ਮੈਨੂੰ ਲੱਗਦਾ ਤੂੰ ਮੈਨੂੰ ਬਹੁਤ ਪਿਆਰ ਕਰਦੀ ਹੈ। ਬਿੱਲੂ, ਤੂੰ ਵੀ ਮੇਰੀ ਅੱਖੀਆਂ 'ਚ ਵਸਦਾ। ਮੇਰੀ ਨੀਂਦ, ਮੇਰਾ ਚੈਨ ਸਭ ਤੂੰ ਹੀ ਤਾਂ ਲੁੱਟਿਆ। ਮੈਨੂੰ ਲੱਗਦਾ ਤੂੰ ਵੀ ਮੈਨੂੰ ਪਿਆਰ ਕਰਦਾ। ਛੱਡ, ਮੈਂ ਦਰਿਆ ਪਾਰ ਕਰਨਾ। ਹਾਏ ਓ ਰੱਬਾ, ਤੂੰ ਤਾਂ ਦਰਿਆ ਪਾਰ ਕਰ ਲਏਂਗੀ, ਪਰ ਤੇਰੀ ਅੱਖਾਂ ਦੀ ਗਹਿਰਾਈ ਨੇ ਜੱਟ ਨੂੰ ਮਾਰ ਸੁੱਟਿਆ। ਆ ਜਾ ਫਿਰ। ਬਾਪੂ ਜੀ, ਵੈਰੀ ਗੁੱਡ ਜਵਾਨ। ਜਬ ਜਵਾਨ ਕੋ ਜਵਾਨ ਮਿਲਤਾ ਹੈ, ਐਸੇ ਹੀ ਮਿਲਤਾ ਹੈ। ਬਾਪੂ, ਭੈਣ ਕਿੱਥੇ ਆ? ਉਹ ਪੜ੍ਹਨੇ ਗਈ ਹੈ। ਜਵਾਨ, ਇਸ ਵਰਦੀ ਮੈਂ ਤੁਮੇ ਤੁਮਾਰੀ ਮਾਂ ਦੇਖਤੀ ਨਾ, ਬਹੁਤ ਖੁਸ਼ ਹੋਤੀ। ਬਾਪੂ ਜੀ, ਮੈਂ ਤੇ ਮਾਂ ਦੀ ਬੁੱਕਲ ਦਾ ਨਿੱਘ ਵੀ ਤੁਹਾਡੇ ਚੋਂ ਮਾਨਿਆ, ਤੇ ਪਿਓ ਦਾ ਪਿਆਰ ਵੀ। ਵੈਰੀ ਗੁੱਡ ਜਵਾਨ।
ਭੈਣ ਮੈਂ ਸੁਣਿਆ ਤੂੰ ਰਿਸ਼ਤੇ ਬਹੁਤ ਕਰਾਉਣੀ ਆ। ਆਹੋ ਨੀ ਭੈਣ, ਦਲਬੀਰੋ ਦਾ ਤੇ ਕੰਮ ਹੀ ਆ ਦੋ ਸਿਰ ਜੋੜਨੇ। ਮੇਰੇ ਮੁੰਡੇ ਨੂੰ ਵੀ ਵੱਡੇ ਨੂੰ ਰਿਸ਼ਤਾ ਕਰਾ, ਪੂਰੀਆਂ 10 ਜਮਾਤਾਂ ਪੜ੍ਹਿਆ, ਟੇਲਰ ਮਾਸਟਰ ਦਾ ਪੂਰਾ ਕੰਮ ਜਾਣਦਾ, 1500 ਰੁਪਈਆ ਕਮਾਉਂਦਾ ਮਹੀਨੇ ਦਾ। ਨੀ ਸੱਚੀ ਭੈਣ? ਹਾਂ, ਫੇਰ ਤੇ ਰਿਸ਼ਤਾ ਝੱਟ ਪੱਟ ਹੋ ਸਕਦਾ ਦਲਬੀਰੋ ਨੂੰ ਕੋਈ ਨਾ ਕਰ ਦੇ। ਨੀ ਤੇਰਾ ਤਿਆ ਵੀ ਮੁੰਡਾ ਬੜਾ ਚੰਨ ਵਰਗਾ, ਫੇਰ ਤੇ ਵੱਡਾ ਵੀ ਬੜਾ ਸੋਹਣਾ ਹੋਣਾ। ਹਾਂ ਭੈਣ, ਧਿਆਨ ਰੱਖੀ ਫਿਰ। ਹਾਂ ਹਾਂ ਜ਼ਰੂਰ, ਤੂੰ ਬੇਫਿਕਰ ਹੋ ਜਾ। ਚੰਗਾ ਭੈਣ, ਫਿਰ ਮੈਂ ਚੱਲਦੀ ਹਾਂ। ਚੱਲ ਠੀਕ ਆ। ਉਹ ਸਤਿ ਸ਼੍ਰੀ ਅਕਾਲ ਭਾਬੀ, ਪੈਰੀ ਪੈਣਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਜਵਾਨੀਆਂ ਮਾਣੋ। ਵੇ ਵੀਰਿਆ, ਤੂੰ ਅੱਜ ਕੱਲ ਨਜ਼ਰ ਹੀ ਨਹੀਂ ਆਉਂਦਾ, ਕਿੱਥੇ ਰਹਿਣਾ ਹੈ? ਉਹ ਭਾਬੀ ਪੁੱਛਣਾ, ਇੰਨੇ ਕੰਮ ਨੇ, ਇੰਨੇ ਕੰਮ ਨੇ, ਬਸ ਵਿਹਲੇ ਹੀ ਰਹਿਣਾ। ਚੱਲ ਮੈਂ ਤੁਹਾਡੇ ਦੋਵਾਂ ਵਾਸਤੇ ਪਾਣੀ ਲੈ ਕੇ ਆਉਂਦੀ। ਰਹਿਣ ਤੇ ਭਾਬੀ ਪਾਣੀ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ। ਜ਼ਰੂਰੀ ਗੱਲ ਕਰਨੀ ਆ ਤੇ ਕਰੋ। ਓ ਕਰ। ਚੱਲ ਪਰਾਂ, ਮੈਂ ਆਪੇ ਕਰਦਾ। ਭਾਬੀ, ਦਰਿਆਓਂ ਪਾਰ ਨਾ ਕਸ਼ਮੀਰ ਸਿੰਘ ਦੀ ਕੁੜੀ ਆ ਰਾਣੋ, ਮੈਂ ਉਹਨੂੰ ਬਹੁਤ ਪਿਆਰ ਕਰਦਾ। ਜੇ ਤੂੰ ਮੇਰਾ ਰਿਸ਼ਤਾ ਕਰਾ ਦੇ, ਮੇਰੇ ਘਰ ਵੀ ਰੋਟੀ ਰਾਟੀ ਪੱਕ ਜੂ। ਦਰਿਆਓਂ ਪਾਰ? ਦਰਿਆਓਂ ਪਾਰ ਤੇ ਮੈਨੂੰ ਕੋਈ ਜਾਣਦਾ ਨਹੀਂ। ਭਾਬੀ ਮਿਹਨਤੀ ਆ, ਮੇਰਾ ਕਿਹੜਾ ਕੋਈ ਮਾਂ ਪਿਓ ਹੈਗਾ, ਤੂੰ ਹੀ ਮੇਰੀ ਮਾਂ ਵਾ, ਤੂੰ ਹੀ ਗੱਲ ਕਰਨੀ। ਕਰਾ ਦੇ ਭਾਬੀ ਬਣ ਕੇ, ਇੱਕ ਭਾਬੀ ਹੋਰ ਲਿਆ ਦੇ। ਚੱਲ ਕੰਮ ਤੇ ਮੈਂ ਤੁਹਾਡਾ ਕਰ ਦੂ, ਪਰ ਮੇਰੀ ਇੱਕ ਸ਼ਰਤ ਆ। ਸ਼ਰਤ? ਉਹ ਕਿਹੜੀ? ਤੁਹਾਨੂੰ ਮੇਰੇ ਘਰ VCR ਲਾਉਣਾ ਪਊਗਾ। ਇਹ ਕਿਹੜੀ ਗੱਲ ਕਰਤੀ ਭਾਬੀ, ਤੂੰ ਰਿਸ਼ਤਾ ਕਰਾ, ਮੈਂ VCR ਵੀ ਲਾਉਂਗਾ ਤੇ ਤੈਨੂੰ ਮੁੰਦਰੀ ਵੀ ਪਾਉਂਗਾ। ਤੇ ਫੇਰ ਗੱਲ ਬਣ ਗਈ ਸਮਝ? ਪੱਕਾ ਪੱਕਾ? ਚੱਲ ਠੀਕ ਹੈ ਭਾਬੀ, ਚੰਗਾ। ਹਾਂ ਹਾਂ, ਜਿੰਦੇ ਰਹੋ, ਮੱਥਾ ਟੇਕਦੇ ਆ, ਆਉਂਦੇ ਜਾਂਦੇ ਰਿਹਾ ਕਰੋ। ਚੰਗਾ ਭਾਬੀ। ਬਾਪੂ, ਧੌਲੇ ਪੁੱਟਣ ਨਾਲ ਹੁਣ ਤੂੰ ਜਵਾਨ ਨਹੀਂ ਹੋ ਜਾਣਾ। ਰਹਿਣ ਦੇ ਕੁੜੇ, ਇਹਦੀ ਤਾਂ ਉਹੀ ਗੱਲ ਹੈ, ਬੁੱਢੀ ਘੋੜੀ ਲਾਲ ਲਗਾਮ। ਬੁੱਢੀ ਘੋੜੀ ਲਾਲ ਲਗਾਮ, ਉਹ ਤੂੰ ਆਪਦੀ ਜਵਾਨੀ ਦੀਆਂ ਲੁੱਲਾਂ ਸੰਭਾਲ ਕੇ ਰੱਖ, ਮੇਰੇ ਮੂੰਹ ਤੇ ਰੋਸ਼ਨੀ ਪਈ ਜਾਂਦੀ ਹੈ। ਨਾ ਤੇਰੇ ਨਾਲ ਕੌਣ ਮੱਥਾ ਲਾਵੇ ਹੁਣ। ਚਲੋ ਬਸ ਕਰੋ, ਤੁਸੀਂ ਲੜਨਾ ਪਿਓ ਕਿਤੇ। ਐ ਨਹੀਂ ਲੜਦੇ ਅਸੀਂ। ਨੀ ਭੈਣ ਘਰ ਹੀ ਹੋ, ਲੰਘ ਆਓ ਜੀ। ਇਹ ਕੌਣ ਹੈ ਬੇਬੇ? ਪਤਾ ਨੀ ਕਿਹੜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਰਾ ਜੀ। ਮੈਂ ਸਿਆਣਿਆ ਨੀ, ਕੌਣ ਹੋ ਤੁਸੀਂ? ਲੈ ਭੈਣ ਜੀ, ਤੁਸੀਂ ਮੈਨੂੰ ਨੀ ਸਿਆਣਿਆ, ਮੈਂ ਦਲਬੀਰੋ ਤੁਹਾਡੇ ਲਾਗਲੇ ਪਿੰਡ ਤੋਂ। ਮੇਰਾ ਕੰਮ ਆ ਦੋ ਸਿਰਾਂ ਨੂੰ ਜੋੜਨਾ, ਮਤਲਬ ਕਿ ਰਿਸ਼ਤਾ ਕਰਾਉਣਾ, ਤੇ ਲੋਕੀ ਪਿਆਰ ਨਾਲ ਮੈਨੂੰ ਦਲਬੀਰੋ ਭਾਬੀ ਆਖਦੇ ਆ। ਰਾਣੋ, ਪਾਣੀ ਲੈ ਕੇ ਆ। ਹਾਂਜੀ। ਪਰ ਭੈਣ, ਮੈਂ ਸਮਝੀ ਨੀ ਤੂੰ ਕਿਹੜੇ ਕੰਮ ਆਈ ਹੈ। ਭੈਣ ਜੀ, ਮੈਂ ਇੱਥੇ ਤੁਹਾਡੀ ਕੁੜੀ ਰਾਣੋ ਦੇ ਰਿਸ਼ਤੇ ਦੀ ਗੱਲ ਕਰਨ ਆਈ ਆ। ਰਾਣੋ ਦਾ ਰਿਸ਼ਤਾ? ਨਾ ਭੈਣੇ, ਰਾਣੋ ਦੇ ਰਿਸ਼ਤੇ ਦਾ ਸਾਡਾ ਕੋਈ ਵਿਚਾਰ ਨਹੀਂ ਹੈ ਹਾਲੀ। ਲੈ ਭੈਣ, ਕੀ ਗੱਲ ਕਰਦੀ ਤੂੰ, ਵਿਚਾਰ ਦੀ ਕਿਹੜੀ ਗੱਲ ਆ? ਵਿਚਾਰ ਤੇ ਬਣ ਜਾਂਦਾ ਹੁੰਦਾ ਆ, ਮੁੰਡਾ ਬਹੁਤ ਸਾਊ ਆ। ਓ ਭੈਣ ਜੀ, ਚੰਗੇ ਰਿਸ਼ਤੇ ਕਿੱਥੇ ਲੱਭਦੇ ਅੱਜ ਕੱਲ? ਭਰਾ ਜੀ, ਮੁੰਡਾ ਇੰਨਾ ਸਾਊ ਆ ਨਾ, ਸਾਰਾ ਪਿੰਡ ਉਹਦੀ ਸਹੁੰ ਚੱਕਦਾ ਏ। ਉਹ ਭੈਣ ਜੀ, ਦੱਸੋ ਤਾਂ ਸਹੀ, ਮੁੰਡਾ ਕਰਦਾ ਕੀ ਹੈ, ਉਹਦਾ ਖਾਨਦਾਨ ਕੀ ਹੈ, ਉਹਦਾ ਕਾਰੋਬਾਰ ਕੀ ਹੈ? ਭਰਾ ਜੀ, ਮੁੰਡੇ ਦੇ ਮਾਂ ਪਿਓ ਤੇ ਹੈ ਨਹੀਂ ਆ, ਪਰ ਮੁੰਡਾ ਕਮਾਊ ਬਹੁਤ ਆ, ਮੇਰਾ ਤੇ ਉਹ ਪੁੱਤਾਂ ਵਰਗਾ ਦਿਓ ਰਿਹਾ। ਭੈਣੇ, ਤੂੰ ਤਾਂ ਬੁਝਾਰਤਾਂ ਹੀ ਪਾਈ ਜਾਂਦੀ ਹੈ, ਉਹਦਾ ਕੰਮ ਤਾਂ ਦੱਸ ਕੀ ਹੈ? ਮੁੰਡੇ ਦੇ ਕੋਲ VCR ਆ, VCR। VCR? ਭਾਬੀ ਤੂੰ ਘਰ ਆ ਕੇ ਸਾਨੂੰ ਦੱਸਿਆ ਹੀ ਨਹੀਂ। ਓ ਭਾਬੀ ਦੱਸ। ਵੇ ਕੀ ਦੱਸਾਂ ਪੁੱਤਰ, ਦੱਸਣ ਜੋਗਾ ਕੁਝ ਹੈਗਾ ਹੀ ਨਹੀਂ। ਭਾਬੀ ਦੱਸ ਦੇ, ਮੇਰਾ ਉਹ ਦਿਲ ਜਿਹਾ ਡੋਲੀ ਜਾਂਦਾ। ਉਹ ਗੱਲ ਕੀ ਹੋ ਗਈ ਭਾਬੀ? ਵੇ ਕੀ ਦੱਸਾਂ, ਲਾਓ VCR ਤੇ ਪਾਓ ਮੁੰਦਰੀ। ਸੱਚੀ ਭਾਬੀ? ਸੱਚੀ? ਉਹ ਫਿਰ ਰੱਖ ਇੱਧਰ। ਹਾਏ, ਮੈਂ ਗਈ ਨਹੀਂ। ਚੱਲ ਵੀਰਿਆ, ਲੈ ਕੇ VCR। ਚੰਗਾ ਭਾਬੀ।
ਉਸਤਾਦ ਰੋਕ। ਵਧਾਈਆਂ ਹੁਣ ਬਾਦਲਾ। ਉਹ ਕਾਹਦੀਆਂ ਵਧਾਈਆਂ ਦੇਈ ਜਾਂਦਾ? ਜਿਹੜੀ ਸਾਹਿਬਾਂ ਤੂੰ ਮਿਰਜ਼ਾ ਬਣਿਆ ਫਿਰਦਾ ਹੈ ਨਾ, ਉਸਦਾ ਬੱਲਾ ਉਸਦੇ ਘਰਦਿਆਂ ਨੇ ਕਿਸੇ ਹੋਰ ਨੂੰ ਫੜਾਤਾ। ਉਹ ਕੀ ਬਕਵਾਸ ਕਰੀ ਜਾਂਦਾ ਤੂੰ? ਉਸਤਾਦ ਬਕਵਾਸ ਨਹੀਂ, ਗੱਲ ਪੱਕੀ ਏ। ਉਹ ਮੁੰਡਾ ਕੌਣ ਹੈ ਤੇ ਉਹਦੇ ਕੋਲ ਕਿਹੜਾ ਖਜ਼ਾਨਾ ਹੈ? ਉਸਤਾਦ ਮੁੰਡਾ ਉਹੀ ਬਿੱਲੂ ਤੇ ਖਜ਼ਾਨਾ ਉਹਦੇ ਕੋਲ, ਉਸਦਾ ਵੀ ਸੀ ਆ। ਕੋਈ ਨੀ, ਵਿਖਾਉਂਦੇ ਉਹਨੂੰ ਚੋਰ ਮਚਾਏ ਸ਼ੋਰ। ਚੱਲ ਬੈਠ। ਚੱਲ ਓਏ, ਤੈਨੂੰ ਕਿੰਨੀ ਵਾਰੀ ਕਿਹਾ ਮੇਰਾ ਰਾਹ ਨਾ ਰੋਕਿਆ ਕਰ। ਉਹ ਬਾਦਲ ਦੇ ਬਾਡਰਾਂ ਵਿੱਚੋਂ ਤਾਂ ਹਵਾ ਨਹੀਂ ਲੰਘਦੀ ਤੇ ਤੂੰ ਉੜਦੀ ਪਈ ਏ। ਬਾਜ ਵਾਲੀ ਆਖਿਆ ਮੇਰੀ ਬਾਜ ਵਾਲੀ, ਏਦਾਂ ਨਹੀਂ ਜਾਣ ਦੇਵਾਂਗਾ। ਇਸ ਹਵਾ 'ਚ ਹੀ ਉੱਡਦਾ ਜਾਏਗਾ, ਤੂੰ ਕੌਣ ਹੁੰਦਾ ਮੇਰਾ ਰਾਹ ਰੋਕਣ ਵਾਲਾ? ਹੀਰ ਰਾਂਝੇ ਤੋਂ ਪੁੱਛਦੀ ਹੈ ਕਿ ਤੂੰ ਕੌਣ ਹੁੰਦਾ। ਹੱਥ ਛੱਡ ਮੇਰਾ, ਮੈਂ ਕਿਹਾ ਹੱਥ ਛੱਡ ਮੇਰਾ, ਆਪਣੀ ਔਕਾਤ 'ਚ ਰਹਿ। ਮੈਨੂੰ ਲੱਗਦਾ ਰਾਂਝੇ ਦੀ ਜਗ੍ਹਾ ਨਾ ਮਿਰਜ਼ਾ ਬਣਨਾ ਪੈਣਾ ਹੈ। ਰਾਤ ਹੋਣ ਲੱਗੀ ਆ, ਉਹ 3 ਘੰਟੇ ਲੱਗਣੇ ਫਿਲਮ ਨੂੰ ਹਾਲੇ। ਬਸ ਗਏ ਤੇ ਆਏ। ਚੱਲ ਚੱਲ। ਚਾਹ ਤੇ ਇਹੋ ਜਿਹੀ ਪਿਆਊਂਗਾ ਬਿੱਲੂ ਨੂੰ, ਸਾਰੀ ਉਮਰ ਯਾਦ ਰੱਖੂਗਾ। ਬਿੱਲੂ, ਤੂੰ ਅੱਧੀ ਰਾਤ ਨੂੰ ਇੱਥੇ ਕੀ ਕਰ ਰਿਹਾ? ਰਾਣੋ, ਤੈਨੂੰ ਬਸ ਦੇਖਣ ਦੀ ਤੰਗ ਸੀ, ਦੇਖ ਲਿਆ। ਕੱਚੇ ਕੁਆਰੇ ਰਿਸ਼ਤੇ ਵਿੱਚ ਵਿਆਹ ਤੋਂ ਪਹਿਲਾਂ ਨਹੀਂ ਮਿਲੀਦਾ, ਵੇਖੀ ਕਿਤੇ ਸਾਡੇ ਰਿਸ਼ਤੇ ਨੂੰ ਕਿਸੇ ਦੀ ਨਜ਼ਰ। ਰਾਣੋ, ਇੱਦਾਂ ਨਾ ਕਹਿ, ਹੁਣ ਸਾਨੂੰ ਕੋਈ ਜੁਦਾ ਨਹੀਂ ਕਰ ਸਕਦਾ। ਉਹ ਰਾਂਝਾ, ਛੇਤੀ ਕਰ, ਮੈਨੂੰ ਡਰ ਲੱਗੀ ਜਾਂਦਾ ਯਾਰ। ਬਿੱਲੂ, ਤੂੰ ਅੱਧੀ ਰਾਤ ਨੂੰ ਇੱਥੇ, ਤੈਨੂੰ ਡਰ ਨਹੀਂ ਲੱਗਦਾ? ਰਾਣੋ, ਆਸ਼ਕ ਤਾਂ 7 ਸਮੁੰਦਰ ਪਾਰ ਕਰ ਜਾਂਦੇ ਆ, ਇਹ ਤਾਂ ਫਿਰ ਛੋਟਾ ਜਿਹਾ ਦਰਿਆ। ਬਿੱਲੂ, ਬਿੱਲੂ ਤੂੰ ਜਾ, ਜੇ ਬਾਪੂ ਜਾ ਗਿਆ ਨਾ ਸਭ ਕੁਛ ਖਰਾਬ ਹੋ ਜਾਣਾ। ਤੂੰ ਜਾ, ਜਲਦੀ ਜਾ, ਨਾਲੇ ਮੈਨੂੰ ਵੀ ਮਰਵਾਏਗਾ। ਜਾ ਜਾ ਜਾ, ਚੱਲ ਚੱਲ ਚੱਲ। ਹੁਣ ਖੁਸ਼ ਆ? ਭਾਬੀ, ਉਹ ਭਾਬੀ, ਭਾਬੀ ਭਾਬੀ ਬਿੱਲੂ, ਪਹਿਲਾਂ ਤਾਂ ਆਪਾਂ ਲੁੱਟੇ ਗਏ ਯਾਰ। ਹਾਏ ਵੇ ਬਿੱਲੂ, ਮੈਂ ਵੀ ਸਿਰ ਕਿੱਥੇ ਗਿਆ?
ਹੁਣ ਆਪਾਂ ਕੀ ਕਰਾਂਗੇ ਯਾਰ। ਉਹ ਪਹਿਲੇ ਲਲਕਾਰ ਨਾ ਦੂਜੇ ਲਲਕਾਰ ਨਾ ਅੰਦਰ ਵੜ ਗਈ ਗੱਡੀ ਆਉਂਦੇ। ਉਹ ਰੱਬ ਤੇਰਾ ਭਲਾ ਕਰੇ। ਰੋਕ 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 ਕਿੱਦਾਂ ਪ੍ਰਾਹੁਣਿਆ? ਠੀਕ ਆ, ਦੱਸ ਕੀ ਕੰਮ ਆ? ਕੰਮ ਤਾਂ ਬੜਾ ਤਕੜਾ ਹੈ, ਲਾਈਨਮੈਨ ਤੋਂ SDO ਦਾ ਸਫ਼ਰ ਬੜਾ ਹੀ ਲੰਬਾ ਹੈ। ਜੇ ਤੂੰ ਕਵੇਂ ਨਾ ਤਾਂ ਮੈਂ ਛੋਟਾ ਕਰ ਸਕਦਾ। ਗੱਲ ਸੁਣੋ, ਤੇਰਾ ਕਹਿਣ ਦਾ ਮਤਲਬ ਕੀ ਆ? ਮਤਲਬ ਜੇ SDO ਬਣਨਾ ਨਾ ਤਾਂ ਤੈਨੂੰ ਮੇਰਾ ਇੱਕ ਕੰਮ ਕਰਨਾ ਪੈਣਾ। ਰਾਣੋ ਜਿਹੜੀ ਹੈ ਨਾ ਉਹਦਾ ਰਿਸ਼ਤਾ ਤੁੜਵਾਉਣਾ ਅਤੇ ਮੇਰੇ ਨਾਲ ਉਹ ਫਿੱਟ ਕਰਨਾ ਹੈ। ਅੰਡਰਸਟੈਂਡ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ, ਕੀ ਹਾਲ ਹੈ? ਠੀਕ ਹੋ? ਕਿਵੇਂ ਆਉਣੇ ਹੋਏ ਜੀ? ਸੁਨੇਹਾ ਭੇਜ ਦਿੰਦੇ ਅਸੀਂ ਆ ਜਾਂਦੇ। ਚਲੋ ਹੁਕਮ ਕਰੋ ਜੀ। ਹੁਕਮ ਨੇ ਜੀ, ਖਾਨਦਾਰ ਸਾਹਿਬ ਬੇਨਤੀ ਹੈ ਇੱਕ, ਆਪਣੇ ਮੁੰਡੇ ਨੇ ਜੀ ਇਹਨਾਂ ਦਾ VCR ਚੋਰੀ ਹੋ ਗਿਆ, ਮਦਦ ਕਰੋ ਇਹਨਾਂ ਦੀ, ਲੱਭੋ ਕੋਈ ਹੱਲ। ਕੋਈ ਨਹੀਂ ਗਰੇਵਾਲ ਸਾਹਿਬ, ਰਿਪੋਰਟ ਲਿਖਾਓ, ਹੱਲ ਵੀ ਕੱਢ ਲੈਂਦੇ ਹਾਂ। ਹਾਂਜੀ ਮੁਨਸ਼ੀ, ਲਿਖ ਵੀ ਰਿਪੋਰਟ ਇਹਨਾਂ ਦੀ। ਬਿੱਲੂ ਲਿਖਾਓ ਰਿਪੋਰਟ ਬਾਈ। ਹਾਂਜੀ। ਹੋਰ ਗਰੇਵਾਲ ਸਾਹਿਬ, ਚਾਹ ਪਾਣੀ ਦਾ ਇੰਤਜ਼ਾਮ ਕਰੀਏ ਕੁਛ? ਥਾਣੇਦਾਰ ਸਾਹਿਬ, ਚਾਹ ਪਾਣੀ ਛੱਕ ਕੇ ਆਇਆ, ਵੈਸੇ ਵੀ ਤੁਹਾਡੇ ਵਾਲਾ ਚਾਹ ਪਾਣੀ ਮਹਿੰਗਾ ਪੈਂਦਾ। ਠੀਕ ਆ ਠੀਕ ਆ। ਆ ਫੜੋ ਬਈ ਆ VCR ਚੋਰੀ ਦੀ ਨਾ ਪਾਰਟੀ ਚੋ। ਵਾਹ ਵਾਹ ਦੋਸਤਾ, ਕਿਆ ਸੀਨ ਬਣਾਇਆ ਤੇਰਾ। ਇਹ ਸੀਨ ਦੇਖ ਕੇ ਨਾ ਮੈਨੂੰ ਇੱਕ ਫਿਲਮ ਦੀ ਯਾਦ ਆ ਗਈ। ਉਹ ਤੂੰ ਸੀਨ ਸੂਨ ਛੱਡ, ਪੈਗ ਚੱਕ ਅਤੇ ਅੱਗੇ ਅੱਗੇ ਵੇਖ ਹੁਣ ਹੁੰਦਾ ਕੀ। ਪਰ ਉਸਤਾਦ, ਫਿਰ ਰਾਣੋ ਦਾ ਕੀ ਬਣੂ? ਉਹੀ ਜੋ ਮੈਂ ਸੋਚ ਲਿਆ, ਹੁਣ ਤਾਂ ਰਾਣੋ ਨੂੰ ਮੈਂ ਹਾਸਲ ਕਰਕੇ ਰਹਾਂਗਾ। ਪਰ ਉਸਤਾਦ, ਉਹਨੂੰ ਹਾਸਲ ਕਿੱਦਾਂ ਕਰਾਂਗਾ? ਜਿੱਦਾਂ VCR ਚੋਰੀ ਕਰਕੇ ਉਹਦਾ ਰਿਸ਼ਤਾ ਤੁੜਵਾਇਆ ਨਾ, ਉੱਦਾਂ ਹੀ ਰਾਣੋ ਨਾਲ ਵਿਆਹ ਵੀ ਕਰ ਲਾਂਗੇ। ਹੁਣ ਤਾਂ ਹੁਕਮ ਦਾ ਯੱਕਾ ਵੀ ਮੇਰਾ ਅਤੇ ਬੇਗੀ ਵੀ ਮੇਰੀ। ਹੁਣ ਬਣੀ ਗੱਲ, ਹੋਈ ਨਾ ਗੱਲ। ਫੌਜੀਆ ਪਾਲੀ ਤੂੰ? ਹਾਂ ਮੈਂ ਫੌਜੀਆ। ਤੈਨੂੰ ਪਤਾ ਰਾਣੋ ਤੇ ਬਿੱਲੂ ਦੀ ਮੰਗਣੀ ਟੁੱਟ ਗਈ, ਪਰ ਬਿੱਲੂ ਰਾਣੋ ਨੂੰ ਇੱਕ ਵਾਰੀ ਮਿਲਣਾ ਚਾਹੁੰਦਾ। ਪਰ ਮੈਂ ਨਹੀਂ ਮਿਲਾ ਸਕਦਾ। ਪਰ ਕਿਉਂ? ਦੇਖ ਪਾਲੀ, ਟੁੱਟੇ ਹੋਏ ਰਿਸ਼ਤੇ ਕਦੇ ਜੁੜਦੇ ਨਹੀਂ, ਤੇ ਤੂੰ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਨਾ ਕਰ। ਸੱਚੇ ਪਿਆਰ ਵਾਲੇ ਰਿਸ਼ਤੇ ਨਾ ਕਦੇ ਨਹੀਂ ਟੁੱਟਦੇ, ਇਹ ਉਹੀ ਜਾਣਦਾ ਜਿਹਨੇ ਕੀਤਾ ਹੋਵੇ। ਪਾਲੀ, ਮੈਂ ਕਰਦਾ ਕੁਝ। ਰਾਣੋ? ਨੀ ਰਾਣੋ? ਹਾਂ ਪਾਲੀ। ਬਿੱਲੂ ਤੈਨੂੰ ਇੱਕ ਵਾਰੀ ਮਿਲਣਾ ਚਾਹੁੰਦਾ। ਨਹੀਂ ਪਾਲੀ, ਹੁਣ ਕੁਝ ਨਹੀਂ ਹੋ ਸਕਦਾ। ਦੇਖ ਰਾਣੋ, ਜੋ ਤੂੰ ਕਰ ਰਹੀ ਆ ਨਾ ਇਹਦੇ ਵਿੱਚ ਬਿੱਲੂ ਦਾ ਕੋਈ ਕਸੂਰ ਨਹੀਂ, ਭਾਵੇਂ ਤੇਰੇ ਘਰਦਿਆਂ ਨੇ ਤੇਰਾ ਰਿਸ਼ਤਾ ਤੋੜਤਾ, ਇਹਦੇ ਵਿੱਚ ਬਿੱਲੂ ਦਾ ਕੋਈ ਕਸੂਰ ਨਹੀਂ ਆ। ਚੱਲ ਠੀਕ ਹੈ, ਜਿਵੇਂ ਤੂੰ ਕਹਿੰਦੀ ਹੈ ਪਾਲੀ, ਮੈਂ ਇੱਕ ਵਾਰੀ ਮਿਲ ਲੈਂਦੀ ਹਾਂ ਉਹਨੂੰ। Thank you.
राणो जे तू तोड़नी नभानी सी फिर प्यार ही क्यों पाया? बिल्लू मैं मजबूर हाँ, मैं तेनू कुछ नहीं दस सकती। मैं तेरे नाल सारी जिंदगी लाती सी, मैं कुछ नहीं कर सकती। बिल्लू जो कुछ करेंगे मेरे बेबे ते बापू करेंगे। राणो जे तू मेरा साथ देवे तां आपां इन्हां रिश्तियां दे बंधनां दे विच्चों निकल के किते दूर चले जाइए। नहीं, मैं अपने प्यो दी पग नूं पैरां थले नहीं रोल सकती। हो सके तां मैनूं माफ कर दी, माफ कर दी। साडा प्रौहणा कहिंदा सी कि मुंडे दा सारा कुछ विक गया। फौजी वीर, इसी करके असीं रिश्ते नूं जवाब दे दित्ता। नहीं, कुछ नहीं बिका। जे सब शरारत, उस बादल की है। बादल वैसे भी पिंड दे नौजवानां नूं गलत रस्ते ते पा रिहा। ओह कोई बहुत वधिया बंदा नहीं आ। सारा पिंड उहदे ते थू थू करदा। बापू जी, मैं तुहानूं कहा सी ना, बिल्लू बड़ा वधिया मुंडा है। जैस, बिल्लू बहुत वधिया बंदा है, हमें उसका साथ देना चाहिए। उसके पिंड जाकर
और थाने जाकर सब सच्चाई बतानी चाहिए। हाँ बापू जी, सानू ओदे पिंड जाना चाहिए। क्यों बेबी? फौजी साहब जिवें तुसी कहोगे ओवें करदे आं। आपां कल सारे रल के बिल्लू दे पिंड चलदे आं। सरदार जी, सरदार जी बिल्कुल ठीक कहिंदे हैगी, आपां कल ही सारे ओदे पिंड चलते हैं। केरा गल है? लो जी गरेवाल साहब, आ गया ताडा मुजरम। बहुत धन्यवाद ताडा इहदे बारे जानकारी देण लई। ਹਾਂ ਸਾਹਿਬ, ਸਾਡਾ ਕਾਹਦਾ ਧੰਨਵਾਦ ਜੀ, ਇਹ ਤਾਂ ਸਾਡਾ ਫਰਜ਼ ਬਣਦਾ। ਧੰਨਵਾਦ ਤਾਂ ਅਸੀਂ ਸਾਰੇ ਪਿੰਡ ਦੇ ਨਾਲ ਇਕੱਠੇ ਹੋ ਕੇ ਫੌਜੀ ਸਾਹਿਬ ਦਾ ਕਰੀਏ, ਜਿਨ੍ਹਾਂ ਨੇ ਮਦਦ ਕੀਤੀ ਹੈ। ਕਿਉਂ ਹੈ ਕਾਕਾ? ਉਹ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ। ਤੂੰ ਆਪਣੀ ਪਿੰਡ ਦੀ ਕੁੜੀ ਦਾ ਘਰ ਉਜਾੜਨ ਲੱਗਿਆ ਸੀ? ਜਨਾਬ ਇੱਕੋ ਬੇਨਤੀ ਹੈ, ਇਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਓ, ਤਾਂ ਕਿ ਕੋਈ ਅੱਗੇ ਨੂੰ ਇਹੋ ਜਿਹੀ ਗਲਤੀ ਨਾ ਕਰੇ। ਦੱਸ ਸਾਰਾ ਸਾਹਮਣੇ। ਹਾਂਜੀ ਜਨਾਬ, ਵੀ ਸੀਅਰ ਮੈਂ ਹੀ ਚੋਰੀ ਕਰਾਇਆ ਸੀ। ਤੇ ਰਾਣੋ ਦਾ ਰਿਸ਼ਤਾ ਵੀ ਮੈਂ ਹੀ ਤੜਵਾਇਆ ਸੀ, ਤੇ ਜੋਗੀ ਦਾ ਕਤਲ ਵੀ ਮੈਂ ਹੀ ਕੀਤਾ ਸੀ। ਲੈ ਜਾਓ ਇਹਨੂੰ, ਬਣਾਓ ਬੰਦੇ ਦਾ ਪੁਤਲ ਜਾ ਕੇ ਇਹਨੂੰ। ਚਲੋ ਏ ਗਰੇਵਾਲ ਸਾਹਿਬ, ਆ ਤੁਹਾਡਾ ਸਮਾਨ ਹੈ ਜੀ, ਆਪਣੀ ਇਮਾਨਤ ਲੈ ਸਕਦੇ ਤੁਸੀਂ ਜੀ। ਥਾਣੇਦਾਰ ਸਾਹਿਬ, ਗਲਤੀ ਤਾਂ ਮੇਰੇ ਕੋਲੋਂ ਬੜੀ ਵੱਡੀ ਹੋਈ ਆ, ਮੈਂ ਸਾਰੇ ਪਿੰਡ ਵਾਲਿਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ। ਮੈਂ ਬਾਦਲ ਦੀਆਂ ਗੱਲਾਂ ਵਿੱਚ ਆ ਕੇ ਰਾਣੋ ਦਾ ਰਿਸ਼ਤਾ ਤੜਾਤਾ। ਜੇ ਮੈਂ ਰਿਸ਼ਤਾ ਤੜਾ ਸਕਦਾ ਤਾਂ ਰਾਣੋ ਦਾ ਰਿਸ਼ਤਾ ਜੋੜ ਵੀ ਸਕਦਾ, ਤਾਰਾਂ ਖਿੱਚ ਕੇ। ਬਿੱਲੂ, ਮੈਂ ਆਪਣੇ ਪਿੰਡ ਵਾਲਿਆਂ ਦਾ ਅਤੇ ਦੂਜੇ ਪਿੰਡ ਵਾਲਿਆਂ ਦਾ, ਸਰਦਾਰ ਜੀ ਦਾ ਅਤੇ ਥਾਣੇਦਾਰ ਸਾਹਿਬ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਰਾ VCR ਲੱਭ ਕੇ ਮੇਰਾ ਨੁਕਸਾਨ ਹੋਣ ਤੋਂ ਬਚਾਤਾ ਤੇ ਰਾਣੋ ਨਾਲ ਮੇਰਾ ਦੁਬਾਰਾ ਰਿਸ਼ਤਾ ਜੋੜਦਾ। ਵੇ ਬਿੱਲੂ, ਅੱਜ ਰਾਤ ਫਿਰ ਫਿਲਮ ਵੇਖਾਂਗੇ, ਜਾਰੀ ਜੱਟ ਦੀ। ਨਾ ਜੀ ਨਾ, ਹੁਣ ਤਾਂ ਇੱਕ ਹੀ ਫਿਲਮ ਚੱਲੂਗੀ, ਉਹ ਕਿਹੜੀ? ਬਿੱਲੂ ਤੇ ਰਾਣੋ ਦੇ ਵਿਆਹ ਦੀ। ਪਿੰਡ ਪਿੰਡ ਚ ਰੌਣਕਾਂ ਲਾਉਂਦਾ ਏ, ਸਭ ਦਾ ਮਨ ਪਰਚਾਉਂਦਾ ਏ। ਪਿੰਡ ਪਿੰਡ ਚ ਰੌਣਕਾਂ ਲਾਉਂਦਾ ਏ, ਸਭ ਦਾ ਮਨ ਪਰਚਾਉਂਦਾ ਏ। ਕਈਆਂ ਨੂੰ ਫਿਰੇ ਮਿਲਾਉਂਦਾ ਏ, ਕਈਆਂ ਨੂੰ ਫਿਰੇ ਰਸਾਉਂਦਾ ਏ। ਜਦ ਫਿਲਮ ਚੱਲੀ ਧਰਮਿੰਦਰ ਦੀ, ਜਿੱਤ ਖੁਸ਼ ਨਾ ਚੜਦੇ ਚਿੱਲੂ ਦਾ। ਵਾਹ ਵਾਹ VCR, ਵਾਹ ਵਾਹ VCR ਬਿੱਲੂ ਦਾ, ਵਾਹ ਵਾਹ VCR ਬਿੱਲੂ ਦਾ, ਵਾਹ ਵਾਹ VCR ਬਿੱਲੂ ਦਾ, ਵਾਹ ਵਾਹ VCR ਬਿੱਲੂ ਦਾ। ਓਏ ਰੱਬਾ, ਹੈ ਕਿਤੇ ਤੂੰ ਸੁਣਦਾ, ਮੈਨੂੰ ਵੀ ਲੱਭਦੇ ਕੋਈ ਮੂੰਹ 'ਚ ਪੁਰਕੀਆਂ ਪਾਉਣ ਵਾਲੀ, ਕਿ ਮੈਂ ਸਾਰੀ ਜ਼ਿੰਦਗੀ ਘੋੜੀ ਦੀਆਂ ਹੀ ਲੱਤਾਂ ਖਾਣੀਆਂ। ਭਾਬੀ, ਹਾਂ, ਮੈਨੂੰ ਵੀ ਲੱਭਦੇ ਆਪਦੇ ਵਰਗੀ। ਉਹ ਕੋਈ ਨਾ, ਹੁਣ ਤੂੰ VCR ਲੈ ਕੇ ਜਾਇਆ ਕਰ, ਹੋ ਸਕਦਾ ਤੈਨੂੰ ਵੀ ਕੋਈ ਰਾਣੋ ਵਰਗੀ ਲੱਭ ਜੇ। ਚੰਗਾ ਫਿਰ ਮੈਂ ਚੱਲਿਆ। ਕਿੱਥੇ? VCR ਲਾਉਣ। ਸ਼ਹਿਰ ਦਾ ਸਿਨਮਾ ਪਿੰਡ ਦੇ ਹਰ ਘਰ ਵਿੱਚ ਨਤਹੀ ਸੱਜ ਜਾਂਦਾ ਏ, ਨਾਲ ਪਰੀਤੀ ਸਪਰੂ ਦੇ ਵਰਿੰਦਰ ਭੰਗੜੇ ਪਾਉਂਦਾ ਏ। ਫਿਰ ਨਾਲ ਪਰੀਤੀ ਸਪਰੂ ਦੇ ਵਰਿੰਦਰ ਭੰਗੜੇ ਪੱਟਦਾ ਮਾਸ ਖਵਾਇਆ, ਕਈ ਨੇ ਰਾਂਝੇ ਚਾਗ ਬਣੇ ਹੋਏ, ਕਈਆਂ ਪੱਟਦਾ ਮਾਸ।